ਪੰਜਾਬ ਸਰਕਾਰ ਵੱਲੋਂ ਲਗਾਤਾਰ ਖੇਡ ਨੂੰ ਉੱਚਾ ਚੁੱਕਣ ਦੇ ਲਈ ਉਪਰਾਲੇ ਤਾਂ ਕੀਤੇ ਜਾ ਰਹੇ ਨੇ, ਲੇਕਿਨ ਇੱਕ ਸਪੋਰਟਸ ਤੋਂ ਜਿਹੜਾ ਪੈਰਾ ਕਰਾਟੇ ਦਾ ਚੈਂਪੀਅਨਸ਼ਿਪ ਹੈ ਉਹ ਅੱਜ ਚੰਡੀਗੜ੍ਹ ਦੇ ਵਿੱਚ ਪਹੁੰਚਿਆ। ਪਹਿਲਾਂ ਵੀ ਕਈ ਵਾਰ ਧਰਨਾ ਲਗਾ ਚੁੱਕਿਆ, ਲੇਕਿਨ ਨੌਕਰੀ ਦੇਣ ਤੋਂ ਬਾਅਦ ਕਹਿੰਦੇ ਵੀ ਨੌਕਰੀ ਦੇਣ ਦਾ ਲਾਰਾ ਲੈ ਕੇ ਬਾਅਦ ਵਿੱਚ ਨੌਕਰੀ ਨਹੀਂ ਦਿੱਤੀ ਕੀਤਾ, ਇਸਦੇ ਪੂਰੇ ਕਾਰਨ ਕੀ ਨੇ ਗੱਲਬਾਤ ਕਰ ਰਹੇ ਤਰੁਣ ਜੀ, ਪੂਰਾ ਕਾਰਨ ਕੀ ਨੇ, ਤੁਹਾਨੂੰ ਨੌਕਰੀ ਦੇਣ ਦਾ ਪਹਿਲਾਂ ਵਾਅਦਾ ਕੀਤਾ ਸੀ, ਗੱਲਬਾਤ ਹੋਈ ਸੀ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਸਾਰੇ ਮੀਡੀਆ ਦਾ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਅਤੇ ਦੇ ਰਹੇ ਹੋ, ਅਤੇ ਦਿਲੋਂ ਧੰਨਵਾਦ ਕਰਦਾ। ਨੌਕਰੀ ਤੋਂ ਯਾਦ ਆਇਆ ਵੀਰੇ, 2023 ਦੇ ਵਿੱਚ ਮੇਰੇ ਕੋਲ ਇੱਕ ਲੈਟਰ ਹੈ, ਦਫ਼ਤਰ ਡਾਇਰੈਕਟਰ ਖੇਡ ਵਿਭਾਗ ਪੰਜਾਬ, ਉਹਨਾਂ ਨੇ ਲਿਖਿਆ ਹੋਇਆ ਵਿਸ਼ਾ ਤੁਹਾਡੇ ਕੋਲ ਸਪੋਰਟਸ ਕੋਟੇ ਵਿੱਚ ਨੌਕਰੀ ਦੇਣ ਸੰਬੰਧੀ। ਇਹਨਾਂ ਨੇ ਤਿੰਨ ਡਿਪਾਰਟਮੈਂਟ ਨੂੰ ਮਾਰ ਕਰਿਆ ਕਿ ਸਰਕਾਰੀ ਹਿਦਾਇਤਾਂ ਅਨੁਸਾਰ ਤਰਨ ਨੂੰ ਭਰਤੀ ਕੀਤਾ ਜਾਵੇ। ਡਿਪਾਰਟਮੈਂਟਾਂ 'ਚ ਭਰਤੀ ਕਰਨਾ ਸੀ, ਇਹਨਾਂ 'ਚੋਂ ਇੱਕ ਨੇ ਵੀ ਮੈਨੂੰ ਕੰਟੈਕਟ ਨਹੀਂ ਕਰਿਆ। ਉਲਟਾ ਜਦ ਮੈਂ ਇਹਨਾਂ ਕੋਲ ਗਿਆ, ਇਹ ਉੱਪਰੋਂ ਕਹਿੰਦੇ ਕਿ ਸਾਡੇ ਕੋਲ ਕੋਈ ਤੇਰਾ ਲੈਟਰ ਨਹੀਂ ਹੈ, ਜਿਹਨੇ ਲੈਟਰ ਭੇਜਿਆ ਉਹਦੇ ਕੋਲ ਜਾਓ, ਤੈਨੂੰ ਨੌਕਰੀ ਦਊਗਾ, ਅਸੀਂ ਨਹੀਂ ਦੇ ਸਕਦੇ। ਹੋਰ ਵਿੱਚ ਸੀਗਾ ਵੀ ਤੁਸੀਂ ਕਹਿੰਦੇ ਇੰਟਰਵਿਊ ਦੇ ਲਈ ਮੈਨੂੰ ਲੈਟਰ ਆ ਗਈ, ਉਹਦੇ ਵਿੱਚ ਲੈਟਰ 'ਚ ਕੀ ਲਿਖਿਆ ਸੀਗਾ? ਉਹ 'ਚ ਮੇਰਾ ਨਾ 7ਵੇਂ ਨੰਬਰ ਦੇ ਨਾਮ ਸੀਗਾ, ਅੱਜ ਤੋਂ ਕੁਛ ਮਹੀਨੇ ਪਹਿਲਾਂ ਨੌਕਰੀਆਂ ਨਿਕਲੀ ਦੀਆਂ ਸਪੋਰਟਸ ਪਲੱਸ ਕੋਚਾਂ ਦੀਆਂ ਤੇ ਸੁਪਰਵਾਈਜ਼ਰ ਦੀ। ਇਹਦੇ ਵਿੱਚ ਜਿਵੇਂ ਆ ਦੇਖੋ, ਮੈਂ ਇਹ ਵੀ ਨਹੀਂ ਤੁਹਾਨੂੰ ਦਿਖਾ ਦਿੰਦਾ ਵੀਰੋ, ਜੇ ਜ਼ੂਮ ਕਰਿਓ ਆ ਕੀ ਲਿਖਿਆ, ਡਾਇਰੈਕਟਰ ਸਪੋਰਟਸ ਪੰਜਾਬ, ਯਾਨੀ ਗੌਰਮੈਂਟ ਦੀ, ਪੰਜਾਬ ਗੌਰਮੈਂਟ ਦੀ ਸਪੋਰਟ ਦਾ ਵਿਭਾਗ। ਆ ਲਿਖਿਆ ਐਲੀਜੀਬਲ ਫੋਰ ਕੈਂਡੀਡੇਟ ਆਫ ਇੰਟਰਵਿਊ। ਹੁਣ ਇਹ ਤਾਂ ਭਾਈ ਮੈਂ ਨਹੀਂ ਲਿਖਿਆ, ਇਹਦੇ ਵਿੱਚ 7ਵੇਂ ਨੰਬਰ 'ਤੇ ਮੇਰਾ ਨਾਮ ਹੈ ਤਰੁਣ ਸ਼ਰਮਾ, ਪੰਡਿਤ ਰਾਮ ਮੂਰਤੀ ਸ਼ਰਮਾ, 6/4/1991, ਖੰਨਾ ਗੇਮ ਕਰਾਟੇ। ਫਿਰ ਨਵੀਂ ਲਿਸਟ ਆਈ ਸੀਗੀ, ਜਦ 4 ਦਿਨ ਪਹਿਲਾਂ ਲਿਸਟ ਜਾਰੀ ਹੁੰਦੀ ਹੈ, ਇਹ 'ਚ ਮੇਰਾ 7ਵੇਂ ਨੰਬਰ ਤੋਂ ਨਾਮ ਹੀ ਚੱਕ ਦਿੱਤਾ। ਇਹਦੇ ਪਿੱਛੇ ਕੀ ਕਾਰਨ ਲੱਗਦਾ, ਕਿਉਂ ਪਹਿਲਾਂ ਰੱਖਿਆ ਗਿਆ ਸੀ, ਬਾਅਦ 'ਚ ਕਿਉਂ ਚੱਕ? ਬਾਈ ਇਹੀ ਸਮਝਣ ਲਈ ਮੈਂ ਜਾਣਾ, ਅੱਜ ਮੈਂ ਮਾਣਯੋਗ ਡਾਇਰੈਕਟਰ ਆਫ ਪੰਜਾਬ ਵੱਲ ਸਰ ਕੋਲ ਜਾਣਾ, ਉਹਨਾਂ ਨੂੰ ਪੁੱਛਣਾ ਬਾਈ ਜੇ ਤੁਹਾਨੂੰ ਡਾਊਟ ਸੀਗਾ ਤੁਸੀਂ ਮੇਰਾ ਨਾਮ ਕਿਉਂ ਰੱਖਿਆ ਇੰਟਰਵਿਊ ਦੇ ਲਈ। ਇਹ ਤੋਂ ਪਹਿਲਾਂ ਮੈਨੂੰ ਇੱਕ ਕੋਲ ਆਈ ਆ ਲੈਟਰ ਦੇ ਵਿੱਚ, ਦੇਖੋ ਆ ਵੀ ਪੰਜਾਬ ਸਟੇਟ ਸਪੋਰਟਸ ਕੌਂਸਲ ਵੱਲੋਂ ਆਇਆ, ਇਹਦੇ ਵਿੱਚ ਇਹਨਾਂ ਨੇ ਮੈਨੂੰ ਕੈਸ਼ ਅਵਾਰਡ ਦੇਣਾ ਸੀ, ਕਿਉਂਕਿ ਮੈਂ 2 ਵਾਰ ਏਸ਼ੀਅਨ ਚੈਂਪੀਅਨਸ਼ਿਪ 'ਚ ਮੈਡਲ ਦਿੱਤੇ ਨੇ। ਮੈਂ ਇਹਦੀ ਫਾਈਲ ਬਣਾ ਕੇ DSSO ਲੁਧਿਆਣੇ ਨੂੰ ਦਿੱਤੀ, ਉਹਨਾਂ ਨੇ ਇਹ ਲੈਟਰ ਵੀ ਨਾਲ ਲਾਇਆ, ਅਤੇ ਹੁਣ ਤੱਕ ਮੇਰੇ ਅਕਾਊਂਟ 'ਚ 1 ਰੁਪਇਆ ਨਹੀਂ ਆਇਆ। ਇਹਦੇ ਪਿੱਛੇ ਕੀ ਕਾਰਨ ਲੱਗਦੇ ਨੇ, ਕਿਉਂਕਿ ਤੁਹਾਨੂੰ ਫਿਜ਼ੀਕਲ ਹੈਂਡੀਕੈਪ ਦਾ ਵੀ ਜਿਹੜਾ ਕੋਟਾ ਲੈ ਕੇ ਫਿਰ ਦੇ ਰਹੇ ਨੌਕਰੀ? ਦੇਖੋ ਮੈਂ ਇਹ ਵੀ ਕਹੂੰਗਾ ਕਿ ਮੇਰੇ ਕੋਲ 4% ਹੈਂਡੀਕੈਪ ਕੋਟਾ ਵੀ ਆ, ਜੇ ਤੁਸੀਂ ਸਪੋਰਟਸ ਨੂੰ ਨਹੀਂ ਪਸੰਦ ਕਰਦੇ ਤਾਂ ਮੈਨੂੰ ਹੈਂਡੀਕੈਪ ਕੋਟੇ 'ਚ ਦੋ। ਮੈਂ ਹੁਣ ਇਹ ਕਹਿੰਦੇ ਕਿ ਮੇਰੀ ਗੇਮ ਓਲੰਪਿਕ ਅਪਰੂਵਲ ਨਹੀਂ ਹੈ, ਕਈ ਗੇਮਾਂ ਇਹੋ ਜਿਹੀਆਂ ਜਿਹੜੀਆਂ ਓਲੰਪਿਕ 'ਚ ਨਹੀਂ ਜਾਂਦੀਆਂ, ਤੁਸੀਂ ਉਹਨਾਂ ਨੂੰ DSP ਭਰਤੀ ਕਰ ਲੈਂਦੇ ਹੋ, ਕਿਸ ਬੇਸ 'ਤੇ ਕਰ ਲੈਂਦੇ ਹੋ? ਜਾਂ ਤਾਂ ਇਹ ਤਾਂ ਸੁਨੇਹਾਮ ਵਿਤਰਾ ਹੋ ਰਿਹਾ, ਜਦ ਅਸੀਂ ਖੇਡਾਂ 'ਚ ਮੈਡਲ ਲੈਂਦੇ ਹਾਂ ਨੌਕਰੀ ਮੰਗਦੇ ਆ ਤਾਂ ਸਾਡੇ ਲਈ ਨੌਕਰੀ ਨਹੀਂ ਹੁੰਦੀ। ਪਹਿਲਾਂ ਵੀ ਧਰਨੇ ਤੁਸੀਂ ਲਾਏ ਸੀ ਨਾਲ ਅਮੀਤ ਹੇਰ ਦੇ, ਉਦੋਂ ਕੀ ਗੱਲਬਾਤ ਹੋਈ ਸੀ ਮੁੱਖ ਮੰਤਰੀ ਦੇ ਨਾਲ, ਜਾਂ ਹੁਣ ਦੁਬਾਰਾ ਫਿਰ ਮੁੱਖ ਮੰਤਰੀ ਦੇ ਕੋਠੀ ਬਾਹਰ ਧਰਨਾ ਲਾਇਆ ਸੀ, ਉਦੋਂ ਕੀ ਗੱਲਬਾਤ ਹੋਈ? ਉਹਨਾਂ ਨੇ ਇਹੀ ਆਸ਼ਵਾਸਨ ਦਿੱਤਾ ਸੀ ਕਿ ਅਸੀਂ ਕਰਾਂਗੇ। ਮੈਂ ਖੁਦ ਪਰਸਨਲੀ 2 ਵਾਰ ਮਿਲਿਆ ਮੁੱਖ ਮੰਤਰੀ ਸਾਹਿਬ ਨੂੰ, ਬਟ ਹਜੇ ਤੱਕ ਮੇਰਾ ਕੁਛ ਨਹੀਂ ਹੋਇਆ। ਇਹਦਾ ਕੀ ਕਹਿੰਦੇ ਸੀਗੇ? ਕਰਾਂਗੇ ਜੀ, ਕਰਾਂਗੇ, ਸਭ ਕੁਝ ਕਰਾਂਗੇ, ਸੇਮ ਕਾਂਗਰਸ ਪਾਰਟੀ ਕਹਿੰਦੀ ਸੀ, ਸੇਮ ਹੁਣ ਆ ਕਹਿ ਰਹੇ ਨੇ। ਤੁਹਾਡੀ ਆਖਰੀ ਅਪੀਲ ਕੀ ਹੈ ਉਹਨਾਂ ਨੂੰ, ਇਨਸਾਫ ਦੇ ਲਈ ਮੰਗ ਕਰਦੇ ਹੋ, ਕੀ ਗੱਲ? ਦੇਖੋ ਮੇਰਾ ਕੋਈ ਸਰਕਾਰਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ, ਮੈਂ ਸਿਰਫ ਇੱਕ ਆਪਣਾ ਹੱਕ ਮੰਗ ਰਿਹਾ ਔਰ ਜੋ ਮੈਂ ਡਿਜ਼ਰਵ ਕਰਦਾ, ਮੇਰੀ ਡਿਸੇਬਿਲਟੀ ਨਾ ਦੇਖਣ, ਮੇਰਾ ਹੁਨਰ ਦੇਖਣ। ਮੈਂ ਪੰਜਾਬ ਦੇ ਨਸ਼ਿਆਂ ਨੂੰ ਖਤਮ ਕਰਨ 'ਚ ਇੱਕ ਮੁਹਿੰਮ ਚਲਾ ਰਿਹਾ, ਮੈਂ ਨੌਜਵਾਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ। ਜੇ ਮੈਂ ਕੁਝ ਗਲਤ ਕਰ ਰਿਹਾ ਤਾਂ ਮੈਨੂੰ ਕਹਿਣ ਵੀ ਤੂੰ ਗਲਤ ਕਰ ਰਿਹਾ ਸੀ ਤਾਂ ਤੈਨੂੰ ਨਹੀਂ ਨੌਕਰੀ ਦੇਣੀ, ਪਰ ਇਹ ਤਾਂ ਹੁਣ ਸਰੇਆਮ ਹੀ ਧੱਕਾ ਹੋ ਰਿਹਾ ਜੀ।
ਸੀਐਮ ਸਾਹਿਬ ਬਾਰੇ ਬੜਾ ਸੁਣਿਆ ਮਾਨ ਸਾਹਿਬ ਬਾਰੇ ਕਿ ਉਹ ਗਰੀਬ ਬੰਦੇ ਦਾ ਧੱਕਾ ਨਹੀਂ ਹੋਣ ਦਿੰਦੇ, ਅਤੇ ਤੁਹਾਡੇ ਚੈਨਲ ਮਾਧਿਅਮ ਨੇ ਜੇ ਸੀਐਮ ਸਾਹਿਬ ਸੁਣ ਰਹੇ ਹੋ ਤਾਂ ਕੀ ਹੋ ਰਿਹਾ, ਸਰੇਆਮ ਧੱਕਾ ਹੀ ਹੋ ਰਿਹਾ ਮੈਨੂੰ। ਮੈਂ ਤਾਂ ਇੱਕ ਅੱਧਾ ਅੱਧਾ ਸਰੀਰਕ ਪੱਖੋਂ ਅੱਧਾ, ਔਰ ਮੈਂ ਤਾਂ ਆਪਣਾ ਡਿਜ਼ਰਵਿੰਗ ਹੱਕ ਮੰਗ ਰਿਹਾ, ਅਤੇ ਮੈਂ ਇਹੀ ਬੇਨਤੀ ਕਰੂੰਗਾ ਮਾਨ ਸਾਹਿਬ, ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਪਲੀਜ਼ ਮੇਰੇ 'ਤੇ ਆਪਣਾ ਹੱਥ ਰੱਖੋ, ਤਾਂ ਕਿ ਮੈਂ ਇਸੇ ਤਰ੍ਹਾਂ ਹੋਰ ਨੌਜਵਾਨਾਂ ਨੂੰ ਮੋਟਿਵ ਕਰਾਂ ਅਤੇ ਨਸ਼ੇ ਛੁਡਾ ਕੇ ਉਹ ਖਿਤਾਬ ਜਿਹੜਾ ਪੰਜਾਬ ਅੱਜ ਗਵਾ ਚੁੱਕਾ ਸੋਨੇ ਦੀ ਚਿੜੀਆ ਦਾ, ਉਹ ਵਾਪਸ ਲੈ ਕੇ ਆਉਣ ਦੇ ਵਿੱਚ ਥੋੜ੍ਹੀ ਜਿਹੀ ਆਪਣਾ ਸਹਿਯੋਗ ਪਾਵਾਂ। ਕਰਜ਼ੇ ਦਾ ਵੀ ਤੁਹਾਡੇ 'ਤੇ ਕਾਫੀ ਭਾਰ ਸੀ, ਬਾਅਦ ਵਿੱਚ ਉਹ ਕਿਸ ਤਰ੍ਹਾਂ ਕਰਨ ਔਜਲੇ ਦਾ ਜ਼ਿਕਰ ਹੋਇਆ, ਕਿਵੇਂ ਮਿਲੇ ਤੁਹਾਨੂੰ ਔਰ ਕਿੱਦਾਂ ਸਾਰਾ ਕੁਛ? ਸਭ ਤੋਂ ਪਹਿਲਾਂ ਮੈਂ NRI ਭਰਾਵਾਂ ਅਤੇ ਇੰਡੀਆ ਅਤੇ ਪੰਜਾਬ ਦੇ ਭਰਾਵਾਂ ਦਾ ਧੰਨਵਾਦ ਕਰਨਾ, ਉਹ ਜਿੰਨੇ ਜੋਬ ਸੀਗੇ ਉਹਨਾਂ ਨੇ ਮੈਨੂੰ ਫੰਡ ਕਰਿਆ, ਅਤੇ ਮੇਰਾ 3 ਕੁ ਲੱਖ ਰੁਪਇਆ ਉਹਨਾਂ ਨੇ ਫੰਡ ਇਕੱਠਾ ਕਰਿਆ, ਅਤੇ 9 ਲੱਖ ਰੁਪਇਆ ਮੈਨੂੰ ਕਰਨ ਬਾਈ ਨੇ ਮੇਰੇ ਅਕਾਊਂਟ 'ਚ ਡਾਇਰੈਕਟ ਟ੍ਰਾਂਸਫਰ ਕਰਕੇ, ਮੇਰਾ ਜਿਹੜਾ ਸਿਰ 'ਤੇ ਛੱਤ ਚਲੀ ਜਾਣੀ ਸੀ ਉਹ ਮੇਰੀ ਬਚਾਤੀ। ਆਇਆ ਸੀ ਕਿੱਦਾਂ ਉਹਨਾਂ ਦਾ ਜਾਂ ਤੁਸੀਂ ਕੰਟੈਕਟ ਕਰਨ ਦੀ? ਮੀਡੀਆ ਦੇ ਥਰੂ ਮਿਲਿਆ ਸੀਗਾ ਇੰਸਟਾਗ੍ਰਾਮ 'ਤੇ, ਉਹਨਾਂ ਨੇ ਮੇਰੀ ਵੀਡੀਓ ਰੀਲ ਦੇਖੀ, ਅਤੇ ਇੱਕ ਬੜੇ ਭਰਾ ਬਣ ਕੇ ਉਹਨਾਂ ਨੇ ਮੇਰੀ ਮਦਦ ਕਰੀ, ਅਤੇ ਮੇਰੇ ਨਾਲ ਮੋਢਾ ਲਾ ਕੇ ਮੋਢਾ ਖੜੇ ਨੇ। ਤਾਂ ਹੁਣ ਈਸ਼ਵਰਪ੍ਰੀਤ ਜੀ, ਤੁਸੀਂ ਨਾਲ ਖੜੇ ਹੋ, ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਆ, ਕੀ ਅਗਲਾ ਸਟੈਪ ਕੀ ਆ ਜੇਕਰ ਮੁੱਖ ਮੰਤਰੀ ਨਹੀਂ ਸੁਣਦੇ ਤਾਂ? ਬਈ, ਮੁੱਖ ਮੰਤਰੀ ਸਾਹਿਬ ਕੋਲ ਜਾਵਾਂਗੇ, ਅਗਲਾ ਸਟੈਪ ਆ ਇਹੀ ਆ, ਮੁੱਖ ਮੰਤਰੀ ਸਾਹਿਬ ਤੋਂ ਬਾਅਦ ਜਾ ਕੇ ਜੇ ਨਹੀਂ ਸੁਣਦੇ ਨਾ ਫਿਰ ਅਸੀਂ ਕੋਰਟ ਦੇ ਵਿੱਚ ਜਾਵਾਂਗੇ, ਇਹਨੂੰ ਛੱਡਾਂਗੇ ਨਹੀਂ ਹੁਣ ਮੇਰੇ ਭਰਾ ਨੂੰ, ਕਿਉਂਕਿ ਬਾਈ ਇਹ ਰੋਲ ਮਾਡਲ ਆ, ਇਸ ਤੋਂ ਵੱਡਾ ਰੋਲ ਮਾਡਲ ਕੋਈ ਹੋ ਨਹੀਂ ਸਕਦਾ ਮੇਰੇ ਨਜ਼ਰਾਂ ਰਾਹੀਂ। ਜਿਹਨੇ ਇਹਨੂੰ ਨਕਾਰਿਆ ਉਹ ਸਾਡੇ ਦੁਸ਼ਮਣ ਨੇ, ਚਾਹੇ ਮੇਰੀ ਆਪਣੀ ਪਾਰਟੀ ਦੇ ਹੀ ਨੇ। ਇਹ ਬੰਦਾ ਉਹ ਆ ਜਿਹੜਾ ਇੱਥੇ ਤੱਕ ਪਹੁੰਚ ਕੇ ਕਿੰਨੇ ਲੋਕਾਂ ਨੂੰ ਅੱਗੇ ਦਿਸ਼ਾ ਦੇ ਰਿਹਾ, ਤਾਂ ਸਾਹਿਬ ਇਹਨੂੰ ਅਸੀਂ ਪ੍ਰਮੋਟ ਕਰਾਂਗੇ ਹੀ ਕਰਾਂਗੇ। ਜੇਕਰ ਨਹੀਂ ਮੰਨਦੇ ਤਾਂ ਧਰਨਾ ਦੇਣ ਦੀ ਵੀ ਤੁਸੀਂ ਗੱਲ ਕੀਤੀ ਸੀ? ਨਹੀਂ ਮੰਨਦੇ ਤਾਂ ਤੁਹਾਡੇ ਜ਼ਰੀਏ ਹੀ ਅਪੀਲ ਕਰਾਂਗੇ, ਤੁਸੀਂ ਮਨਾ ਲਓ ਹੁਣ ਕਿਸੇ ਤਰੀਕੇ, ਸਾਡੀ ਤਾਂ ਮੰਨਦੇ ਨਹੀਂ ਬਾਈ, ਪਰ ਅਸੀਂ ਧਰਨਾ ਹੀ ਦੇਵਾਂਗੇ 8-9 ਦਿਨ ਬਾਅਦ ਤਰੁਣ ਨੂੰ ਲੈ ਕੇ ਅਸੀਂ ਦੋਨੇ ਜਣੇ, ਕਿਉਂਕਿ ਧਾਰਾ 144 ਕਹਿੰਦੇ ਲੱਗੀ ਆ, ਪਰਚਾ ਪਾ ਜਾਂਦੇ, ਇਹ ਕਰ ਦਿੰਦੇ ਉਹ ਕਰਦੇ, ਸਾਡੀ ਉਮਰ ਹੀ ਧਰਨਿਆਂ 'ਚ ਲੰਘੀ ਹੁਣ, ਪਰ ਅਸੀਂ ਦੋਨੇ ਜਣੇ ਜਾ ਕੇ ਉੱਥੇ ਬਹਿ ਜਾਵਾਂਗੇ ਬਾਈ। ਦੱਸ ਦੇ ਤੌਰ ਦੇ ਉੱਪਰ ਕਾਂਗਰਸ ਦੇ ਯੂਥ ਪ੍ਰਧਾਨ ਜਿਹੜੇ ਨੇ ਉਹ ਵੀ ਨਾਲ ਸਪੋਰਟ ਕਰ ਰਹੇ ਨੇ, ਸੋ ਹੁਣ ਕੀ ਨਿਕਲ ਕੇ ਆਉਂਦਾ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ, ਜਿਵੇਂ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਤਰੁਣ ਸ਼ਰਮਾ ਦੇ ਹੱਕ ਦੇ ਵਿੱਚ, ਉਸਨੂੰ ਨੌਕਰੀ ਦਿਵਾਉਣ ਦੇ ਪੱਖ ਦੇ ਵਿੱਚ, ਤਾਂ ਅਗਲਾ ਸਮਾਂ ਕੀ ਨਿਕਲ ਕੇ ਆਉਂਦਾ ਹੈ ਇੱਕ ਟਾਈਮ ਦੱਸੇਗਾ। ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।